ਵਾਲਮਾਰਟ ਨੇ ਕੋਰੋਨਾ ਵਾਇਰਸ ਸੰਕਟ ਵਿਚਾਲੇ ਵਧੀ ਮੰਗ ਨੂੰ ਪੂਰਾ ਕਰਨ ਦੇ ਲਈ 1.5 ਲੱਖ ਲੋਕਾਂ ਦੀ ਨਿਯੁਕਤੀ ਦੀ ਯੋਜਨਾ ਬਣਾਈ ਹੈ। ਨਾਲ ਹੀ ਕੰਪਨੀ ਬੋਨਸ ਦੇ ਰੂਪ ਵਿੱਚ $36.5 ਕਰੋੜ ਦਾ ਭੁਗਤਾਨ ਕਰੇਗੀ। ਕੰਪਨੀ ਦੇ ਬਿਆਨ ਮੁਤਾਬਕ ਨਵੇਂ ਕਰਮਚਾਰੀਆਂ ਦੀ ਭੂਮਿਕਾ ਅਸਥਾਈ ਹੋਵੇਗੀ, ਪਰ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਥਾਈ ਭੂਮਿਕਾ ਦਿੱਤੀ ਜਾ ਸਕਦੀ ਹੈ। ਵਾਲਮਾਰਟ ਨੇ ਕਿਹਾ ਹੈ ਕਿ ਉਹ ਫੁੱਲ ਟਾਈਮ ਲਈ ਕਰਮਚਾਰੀਆਂ ਨੂੰ $300 ਦਾ ਬੋਨਸ ਦੇਵੇਗੀ, ਉੱਥੇ ਹੀ ਪਾਰਟ ਟਾਈਮ ਕਰਮਚਾਰੀਆਂ ਨੂੰ $150 ਦਾ ਬੋਨਸ ਮਿਲੇਗਾ। ਵਾਲਮਾਰਟ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੇ ਕਰਮਚਾਰੀਆਂ ਨੂੰ ਇਨਾਮ ਦੇਣਾ ਚਾਹੁੰਦੀ ਹੈ ਜੋ ਰਾਸ਼ਟਰੀ ਸਿਹਤ ਸੰਕਟ ਦੇ ਸਮੇਂ ਸਖ਼ਤ ਮਿਹਨਤ ਕਰ ਰਹੇ ਹਨ। ਕੰਪਨੀ ਦੀ ਜਲਦ ਹੀ ਬੋਨਸ ਦੀ ਯੋਜਨਾ ਹੈ। ਇਹ ਨਿਯੁਕਤੀ ਅਜਿਹੇ ਸਮੇਂ 'ਤੇ ਹੋ ਰਹੀ ਹੈ ਜਦ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਅਮਰੀਕਾ ਦੇ ਵੱਖ ਵੱਖ ਸੂਬਿਆਂ ਵਿੱਚ ਪਾਬੰਦੀਆਂ ਦੇ ਕਾਰਨ ਲੋਕ ਜ਼ਰੂਰੀ ਸਮਾਨ ਦੀ ਖਰੀਦ ਵਧਾ ਰਹੇ ਹਨ। ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਅਮਰੀਕਾ ਦੇ ਕਈ ਸੂਬਿਆਂ ਅਤੇ ਸ਼ਹਿਰਾਂ ਵਿੱਚ ਟਰੈਵਲ 'ਤੇ ਰੋਕ ਅਤੇ ਲੋਕਡਾਊਨ ਵਰਗੇ ਕਦਮ ਚੁੱਕੇ ਗਏ ਹਨ। ਇਸ ਦੇ ਚੱਲਦਿਆਂ ਲੋਕ ਆਪਣੀ ਬੇਸਿਕ ਜ਼ਰੂਰਤਾਂ ਦੇ ਸਮਾਨਾਂ ਲਈ ਔਨਲਾਈਨ ਆਰਡਰ ਜ਼ਿਆਦਾ ਕਰ ਰਹੇ ਹਨ ਅਤੇ ਜ਼ਿਆਦਾ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਕੰਪਨੀ ਨੇ ਵਰਕਰਸ ਦੀ ਭਰਤੀ ਲਈ ਫੈਸਲਾ ਲਿਆ ਹੈ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।